ਉੱਥੋਂ ਦੇ ਗਾਂਵ ਵਿੱਚ ਨਾ ਆਉਂਦਾ। ਉੱਥੋਂ ਦੀ ਲੜਕੀ ਸੋਭੀਆ ਜਿਹਨੂੰ ਤਕਰੀਬਨ ਅੱਜ ਤੱਕ ਵੀ ਮੈਂ ਨਹੀਂ ਵੇਖ ਸਕਿਆ, ਉਹਦਾ ਮੈਂ ਵੇਟ ਕਰਨਾ ਪਿਆ। ਉਹਦੇ ਲਈ ਮੈਂ ਆਪਣਾ ਅਜੇ ਤੱਕ ਵੀ ਨੰਬਰ ਚਲਾਉਂਦਾ ਪਿਆ। ਠੀਕ ਹੈ, ਮੇਰਾ ਇਹ ਪੈਗਾਮ ਹੈ ਉਹਨੂੰ ਕਿ ਅਗਰ ਮੇਰੀ ਵੀਡੀਓ ਉਹਦੇ ਤੱਕ ਪਹੁੰਚੇ ਤਾਂ ਮੇਰੇ ਨਾਲ ਸਿਰਫ ਇੱਕ ਵਾਰੀ ਡਾਕਟਰ ਸੋਚੇ। ਅਮਾਨ ਇਬਰਾਹਿਮ, ਅਸਲਾਮ ਅਲੈਕੁਮ, ਮੇਰਾ ਨਾਮ ਹੈ ਸੁਪੈਨ ਅਲੀ। ਫਰੈਂਡਸ, ਅੱਜ ਅਸੀਂ ਐਬਾ ਹੀ ਉਹਨਾਂ ਕੋਲ ਆਏ ਹਾਂ ਅਤੇ ਇਹ ਕੋਈ ਪੈਗਾਮ ਇਹਨਾਂ ਦਾ, ਉਹ ਮੈਸੇਜ ਹੈ ਜਿਹੜਾ ਸ਼ੇਅਰ ਦੇ ਜ਼ਰੀਏ ਆਪਣੇ ਚਾਹਣ ਵਾਲਿਆਂ ਤੱਕ ਪਹੁੰਚਾਉਣਾ ਚਾਹੁੰਦੇ ਨੇ। ਅਤੇ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਕਿ ਇਹ ਕਿਸ ਤਰ੍ਹਾਂ ਦਾ ਸ਼ੇਅਰ ਹੈ ਜਾਂ ਇਹ ਕਿਹੜਾ ਪੈਗਾਮ ਹੈ ਜਿਹੜਾ ਪਹੁੰਚਾਉਣਾ ਚਾਹੁੰਦੇ ਨੇ। ਜੀ, ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ ਜੀ ਬਾਈ, ਕੀ ਹਾਲ ਹੈ? ਬਾਈ, ਸਭ ਤੋਂ ਪਹਿਲੇ ਤਾਂ ਸਾਡੇ ਵੇਖਣ ਵਾਲਿਆਂ ਨੂੰ ਆਪਣਾ ਨਾਮ ਦੱਸੋ। ਜੀ, ਮੇਰਾ ਨਾਮ ਮੁਹੰਮਦ ਸ਼ਹਿਜ਼ਾਦ ਅਤੇ ਮੈਨੂੰ ਪਿਆਰ ਨਾਲ ਮੇਰੇ ਦੋਸਤ ਲਾਡੀ ਕਹਿੰਦੇ ਨੇ। ਠੀਕ ਹੈ, ਅਤੇ ਮੈਂ ਜ਼ਿਲ੍ਹਾ ਸ਼ੇਖਪੁਰ ਦੇ ਰਹਿਣ ਵਾਲਾ ਵਾਂ। ਇੱਥੇ ਸਿਆਲਕੋਟ 'ਚ ਮੈਂ ਜੋਬ ਕਰਦਾ ਸੀ ਅਤੇ ਹੁਣ ਮੈਂ ਆਪਣੀ ਨਵੀਂ ਦੁਕਾਨ ਸਟਾਰਟ ਕੀਤੀ। ਮਾਸ਼ਾ ਅੱਲਾਹ, ਠੀਕ ਹੋ ਗਿਆ। ਅਤੇ ਬਾਈ, ਤੁਸੀਂ ਇਹ ਦੱਸੋ ਕਿ ਮਤਲਬ ਸ਼ੇਅਰ ਸਾਨੂੰ ਰੋਮਾਂਟਿਕ ਸੁਣਾਓਗੇ ਜਾਂ ਤੁਸੀਂ ਫਨੀ ਸੁਣਾਓਗੇ ਜਾਂ ਦੁਖੀ ਸੁਣਾਓਗੇ? ਮੈਂ ਬਾਈ ਤੁਹਾਨੂੰ ਦੁਖੀ ਸ਼ੇਅਰ ਸੁਣਾਵਾਂਗਾ ਜਿਹੜਾ ਮੈਨੂੰ ਅੱਜ ਤੋਂ 7 ਸਾਲ ਪਹਿਲੇ ਕੋਈ ਸੁਣਾਉਂਦਾ ਹੁੰਦਾ ਸੀ। ਅਤੇ ਮੇਰਾ ਇੱਕ ਮੈਸੇਜ ਵੀ ਉਹਦੇ ਲਈ ਕਿ ਮੇਰੀ ਕਾਲਜ ਲਾਈਫ ਸੀ ਅਤੇ 7 ਸਾਲ ਪਹਿਲੇ ਵੀ ਗੱਲ ਅਤੇ ਸ਼ੇਅਰ 'ਤੇ ਮੈਨੂੰ ਕੋਈ ਸੁੱਤੇ ਪਏ ਉਠਾਉਂਦਾ ਹੁੰਦਾ ਸੀ। ਕਿਆ ਬਾਤ ਹੈ, ਕਿਆ ਬਾਤ ਹੈ। ਅਤੇ ਮੇਰਾ ਸੋਸ਼ਲ ਮੈਸੇਜ ਹੈ ਕਿ ਸੂਰ ਦੇ ਰਾਸਤੇ 'ਚ ਕੋਟਲਾ ਦਾ ਮਿਸ਼ਨ ਆਉਂਦਾ ਹੈ, ਉੱਥੋਂ ਦਾ ਗਾਂਵ ਵਿੱਚ ਹੀ ਨਾ ਆਉਂਦਾ। ਉੱਥੋਂ ਦੀ ਲੜਕੀ ਸੋਭੀਆ ਜਿਹਨੂੰ ਤਕਰੀਬਨ ਅੱਜ ਤੱਕ ਵੀ ਮੈਂ ਨਹੀਂ ਵੇਖ ਸਕਿਆ, ਉਹਦਾ ਮੈਂ ਵੇਟ ਕਰਨਾ ਪਿਆ। ਉਹਦੇ ਲਈ ਮੈਂ ਆਪਣਾ ਅੱਜ ਤੱਕ ਵੀ ਨੰਬਰ ਚਲਾਉਂਦਾ ਪਿਆ। ਠੀਕ ਹੈ, ਮੇਰਾ ਇਹ ਪੈਗਾਮ ਹੈ ਉਹਨੂੰ ਕਿ ਅਗਰ ਮੇਰੀ ਵੀਡੀਓ ਉਹਦੇ ਤੱਕ ਪਹੁੰਚੇ ਤਾਂ ਮੇਰੇ ਨਾਲ ਸਿਰਫ ਇੱਕ ਵਾਰੀ ਡਾਕਟਰ ਸੋਚੇ। ਠੀਕ ਹੈ, ਅਤੇ ਇਹ ਸ਼ੇਰ ਮੈਂ ਉਹਦੀ ਯਾਦ 'ਚ ਪੜ੍ਹਾਂਗਾ ਕਿ ਮੈਨੂੰ ਅਕਸਰ ਕਹਿੰਦੀ ਹੁੰਦੀ ਸੀ ਕਿ ਹਮੇ ਤਨਹਾਈਓਂ ਸੇ ਨਹੀਂ, ਹਮੇ ਤਨਹਾਈਓਂ ਸੇ ਨਹੀਂ ਮਹਿਫਿਲ ਸੇ ਡਰ ਲਗਤਾ ਹੈ, ਕਿਸੀ ਔਰ ਸੇ ਨਹੀਂ ਆਪਣੇ ਆਪ ਸੇ ਡਰ ਲਗਤਾ ਹੈ। ਯੂੰ ਤੋ ਬਹੁਤ ਕੁਛ ਖੋਇਆ ਹੈ ਸ਼ਹਿਜ਼ਾਦ, ਨਾ ਜਾਣੇ ਆਪਕੋ ਖੋਨੇ ਸੇ ਕਿਉਂ ਲਗਾ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ ਜਨਾਬ। ਇੱਕ ਵਾਰੀ ਫੇਰ ਅਰਜ਼ ਹੋ ਜੇ ਤੇ ਫਿਰ ਮਜ਼ਾ ਹੋ ਦੁਬਾਰਾ ਜੇ ਦੁਬਾਰਾ ਭਾਈ। ਇਹ ਹਮੇ ਤਨਹਾਈਓਂ ਸੇ ਨਹੀਂ, ਹਮੇ ਤਨਹਾਈਓਂ ਸੇ ਨਹੀਂ ਮਹਿਫਿਲ ਸੇ ਡਰ ਲਗਤਾ ਹੈ, ਮਹਿਫਿਲ ਸੇ ਡਰ ਲਗਤਾ ਹੈ, ਕਿਸੀ ਔਰ ਸੇ ਨਹੀਂ, ਕਿਸੀ ਔਰ ਸੇ ਨਹੀਂ ਆਪਣੇ ਆਪ ਸੇ ਡਰ ਲਗਤਾ, ਆਪਣੇ ਆਪ ਸੇ ਡਰ ਲਗਤਾ ਹੈ। ਯੂੰ ਤੋ ਬਹੁਤ ਕੁਛ ਖੋਇਆ ਹੈ ਹਮਨੇ, ਯੂੰ ਤੋ ਬਹੁਤ ਕੁਛ ਖੋਇਆ ਹੈ ਹਮਨੇ ਸ਼ਹਿਜ਼ਾਦ, ਨਾ ਜਾਣੇ ਆਪਕੋ ਖੋਨੇ ਸੇ ਕਿਉਂ, ਨਾ ਜਾਣੇ ਆਪਕੋ ਕਿਉਂ ਖੋਨੇ ਸੇ ਡਰ ਲਗਤਾ ਹੈ। ਫਰੈਂਡਸ, ਮੇਰੀ ਆਪ ਲੋਗੋਂ ਸੇ ਡੀਪਲੀ ਰਿਕੁਐਸਟ ਹੈ ਕਿ ਅਗਰ ਕੋਈ ਉਨਕੋ ਜਾਣਤਾ ਹੈ ਤੋ ਮਿਹਰਬਾਨੀ ਫਰਮਾ ਕੇ ਬਾਈ ਸ਼ਹਿਜ਼ਾਦ ਕੇ ਸਾਥ ਵੋ ਰਾਬਤਾ ਕਰੇਂ। ਔਰ ਆਪ ਲੋਗੋਂ ਕੀ ਰਿਕੁਐਸਟ ਹੈ ਕਿ ਆਪ ਜ਼ਿਆਦਾ ਸੇ ਜ਼ਿਆਦਾ ਇਸ ਸ਼ੇਅਰ ਕੋ ਇਸ ਮੈਸੇਜ ਕੋ ਸ਼ੇਅਰ ਕਰੇਂ ਤਾਂ ਕਿ ਇਨਕੇ ਖਾਸ ਜੋ ਹੈ ਉਨ ਤੱਕ ਯੇ ਇਨਕਾ ਪੈਗਾਮ ਪਹੁੰਚ ਸਕੇ। ਅਸਲਾਮ ਅਲੈਕੁਮ।